जलंधर कैंट क्षेत्र से विधायक प्रगट सिंह द्वारा अपने क्षेत्र के 11 गाँव के सीवरेज की समस्या को लेकर अपने क्षेत्र के लोगों सहित नगर निगम के मेयर और कमिश्नर के साथ मीटिंग की गई वहीं इस मौके पर विधायक सिंह ने बताया कि अगर 11 गाँव की बात की जाए तो 90 से पचानबे प्रतिशत काम जमा हो चुका है उन्होंने कहा कि बाकी का काम भी जल्द ही करवाया जाएगा उन्होंने कहा कि मॉडल टाउन और बस अड्डे के बीच लगे कूड़े के डंप को हटाना भी उनका मुख्य उद्देश्य है वहीं इस मौके पर निगम कमिश्नर ने कहा कि उन्होंने अभी नई ज्वाइनिंग की है उन्होंने कहा कि उन्हें थोड़ा समय दिया जाए उन्होंने कहा कि सीवरेज की सभी समस्याओं का हल जल्द से जल्द निकाला जाएगा वहीं इस अवसर पर दीपनगर से अजय ने दीपनगर की सड़कों और सीवरेज की समस्या को भी उनके आगे रखा इस अवसर पर विधायक परगट सिंह ने कहा कि हर सप्ताह मेन मीटिंग नगर निगम के अधिकारियों के साथ की जाएगी ਜਲੰਧਰ ਸੇ ਪੰਕਜ ਸ਼ਰਮਾ ਕੀ ਰਿਪੋਰਟ ਦੇਖੋ ਜਿਹੜੇ ਸਾਡੇ ਆਨ ਗੋਇੰਗ ਪ੍ਰੋਜੈਕਟ ਆ ਸਪੈਸ਼ਲੀ 11 ਪਿੰਡਾਂ ਦਾ ਜਿਹੜਾ 5-7% ਕੰਮ ਰਹਿਦਾ ਗੰਦਾ ਨਾਲਾ ਦਬਾ ਕੇ ਜਿਹੜਾ ਬਾਹਰ ਜਾ ਰਿਹਾ ਅੰਡਰਪਾਸ ਇੱਕ ਬਣ ਰਿਹਾ ਹੈਗਾ ਅਰਬਨ ਸਟੇਟ ਦੇ ਐਂਡ ਦੇ ਉੱਤੇ ਔਰ ਬਾਕੀ ਜਿਹੜੇ ਚਾਹੇ ਸਫਾਈ ਵਾਲੀ ਗੱਲ ਹੈਗੀ ਆ ਚਾਹੇ ਆਨ ਗoing ਪ੍ਰੋਜੈਕਟ ਜਿਹਦੇ ਵਿੱਚ ਸੜਕਾਂ ਦਾ ਜਿਹੜਾ ਨਿਰਮਾਣ ਸੀਗਾ ਉਹਦੇ ਲਈ ਲੈ ਕੇ ਕਮਿਸ਼ਨਰ ਸਾਹਿਬ ਨਾਲ ਮੇਅਰ ਸਾਹਿਬ ਨਾਲ ਇਹਨਾਂ ਦੀ ਸਾਰੀ ਟੀਮ ਨਾਲ ਮੀਟਿੰਗ ਕੀਤੀ ਆ ਵੀ ਜਿਹੜੇ ਆਨ ਗoing ਕੰਮ ਆ ਉਹਦੇ ਵਿੱਚ ਆਪਾਂ ਕੰਮ ਕਰੀਏ ਜੇ ਕੋਈ ਸਮੱਸਿਆ ਹੈਗੀ ਆ ਤਾਂ ਉਹਦਾ ਹੱਲ ਕਰੀਏ ਤਾਂ ਕਿ ਲੋਕਾਂ ਨੂੰ ਉਹਦੀ ਸਹੂਬਦਾ ਜਿਹੜੀ ਮਿਲ ਸਕੇ ਇਹ ਗੱਲ ਕਰੀਏ ਤੁਹਾਡੇ ਇਲਾਕੇ ਨੂੰ ਛੱਡ ਕੇ ਹੋਰ ਇਲਾਕੇ ਦੀ ਗੱਲ ਕਰੀਏ ਜੇ ਸੜਕਾਂ ਦੀ ਗੱਲ ਕਰੀਏ ਸੜਕਾਂ ਬਿਲਕੁਲ ਟੁੱਟੀਆਂ ਪਈਆਂ ਪੈਚ ਵਰਕ ਕਰ ਦਿੱਤੇ ਜਾਂਦੇ ਥੋੜੀ ਜਿੱਗੇ ਅੱਗੇ ਜਾਈਏ ਫੇਰ ਸੜਕਾਂ ਟੁੱਟੀਆਂ ਨਹੀਂ ਦੇਖੋ ਇਹ ਤਾਂ ਇਹਦਾ ਜਵਾਬ ਤਾਂ ਹੁਣ ਤੁਸੀਂ ਪਹਿਲਾਂ ਹੀ ਆਪੇ ਕਹਿ ਰਹੇ ਹੋ ਵੀ ਮੇਰੇ ਹਲਕੇ ਨੂੰ ਛੱਡ ਕੇ ਤੇ ਬਾਕੀ ਸ਼ਹਿਰ ਦਾ ਤਾਂ ਮੇਅਰ ਸਾਹਿਬ ਗੱਲ ਕਰ ਸਕਦੇ ਆ ਜਾਂ ਬਾਕੀ ਐਮ ਐਲ ਏ ਜਿਹੜੇ ਗੱਲ ਕਰ ਸਕਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਔਰ ਜਿਹੜੇ ਸਾਡੇ ਕਾਉਂਸਲਰਸ ਹੈਗੇ ਆ ਕਿਉਂਕਿ ਕਾਉਂਸਲਰਸ ਜਿਹੜੇ ਆ ਉਹਨਾਂ ਨੂੰ ਇਨੀਸ਼ੀਏਟਿਵ ਲੈ ਕੇ ਤਾਂ ਇਹਦੇ 'ਚ ਮਿਹਨਤ ਕਰਨ ਦੀ 4 ਮਹੀਨੇ ਹੋ ਗਏ ਸਰਕਾਰ ਆਈ ਨੂੰ ਉਹਨਾਂ ਦਾ ਕੰਮ ਕਰ ਕਿੱਦਾਂ ਦੇਖਦੇ ਇੱਕ ਸਮਾਰਟ ਸਿਟੀ ਦਾ ਜਿਹੜਾ ਕੰਮ ਚੱਲ ਰਿਹਾ ਉਹਨੂੰ ਕਿੱਦਾਂ ਦੇਖਦੇ ਦੇਖੋ ਸਮਾਰਟ ਸਿਟੀ ਨਾਲ ਤਾਂ ਵੈਸੇ ਮੈਮੀ ਸੈਟੀਸਫਾਈ ਨਹੀਂ ਹੈਗਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਇਹਨਾਂ ਦੀ ਦਿੱਲੀੋਂ ਟੀਮ ਆਈ ਆ ਉਹ ਕੋਈ ਬਹੁਤੀ ਚੰਗੀ ਟੀਮ ਨਹੀਂ ਆ ਮੇਰੀਆਂ ਉਹਦੇ ਨਾਲ ਕਈ ਮੀਟਿੰਗਾਂ ਹੋਈਆਂ ਉਹਦੀ ਐਗਜ਼ੀਕਿਊਸ਼ਨ ਪ੍ਰੋਪਰ ਹੋਈ ਨਹੀਂ ਹੈ ਜਿਹੋ ਜੀ ਸਮਾਰਟ ਸਿਟੀ ਬਣਨੀ ਚਾਹੀਦੀ ਆ ਉਹੋ ਜੀ ਸਮਾਰਟ ਸਿਟੀ ਬਣ ਨਹੀਂ ਰਹੀ ਨਗਰ ਨਿਗਮ ਕਹਿ ਰਹੀ ਹੈ ਅਸੀਂ ਕਰੋੜਾ ਰੁਪਇਆ ਲਾ ਕੇ ਜਿਹੜਾ ਬਰਸਾਤੀ ਪਾਣੀ ਦਾ ਨਿਕਾਸੀ ਲਈ ਖਰਚ ਕਰਦੇ ਹਾਂ ਮਗਰ ਦੇਖਿਆ ਜਾਵੇ ਅਗਰ ਕੋਈ ਬਰਸਾਤ ਹੋ ਜਾਂਦੀ ਪੌਸ਼ ਇਲਾਕੇ ਵੀ ਪਾਣੀ ਦੇ ਵਿੱਚ ਤੈਰਦੇ ਹੋਏ ਦਿਖਾਈ ਦਿੰਦੇ ਹਾਏ ਹੈਗੀ ਆ ਪ੍ਰੋਬਲਮ ਦੇਖੋ ਸਾਨੂੰ ਹਜੇ ਵੀ ਜਿਹੜਾ ਸੀਵਰੇਜ ਆ ਉਹਦੀ ਸਫਾਈ ਜਿਹੜੀਆਂ ਸਾਡੀਆਂ ਰੋਲ ਗੜੀਆਂ ਉਹਦੀ ਸਫਾਈ ਜੈਟ ਮਸ਼ੀਨਾਂ ਦੀ ਐਫੀਸ਼ੀਐਂਟ ਵਰਕਿੰਗ ਔਰ ਸਫਾਈ ਵਾਲਾ ਜਿਹੜਾ ਅੰਗ ਲਿਆ ਇਹ ਦੋ ਤਿੰਨ ਚੀਜ਼ਾਂ ਹਜੇ ਵੀ ਲੈਕ ਕਰਦੇ ਆ ਅਸੀਂ ਇਹਨੂੰ ਆਉਣ ਵਾਲੇ ਦਿਨਾਂ 'ਚ ਪ੍ਰੋਪਰਲੀ ਕਰਕੇ ਕਿਉਂਕਿ ਮੇਰ ਸਾਹਿਬ ਵੀ ਹੁਣ ਜਿਹੜੇ ਹੈਗੇ ਆ ਉਹ ਪੂਰਾ ਇਨੀਸ਼ੀਏਟਿਵ ਲੈ ਰਿਹਾ ਪਿਛਲੇ ਮਹੀਨੇ ਡੇਢ ਮਹੀਨੇ 'ਚ ਕਮਿਸ਼ਨਰ ਦੀ ਵੀ ਪ੍ਰੋਬਲਮ ਰਹੀ ਹੈਗੀ ਆ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹਨੂੰ ਸਮੂਥ ਕਰ ਲਾਂ